ਉਸ ਬੰਬ ਕਾਂਡ ਦੌਰਾਨ ਉਸ ਵੇਲੇ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਬੰਬ ਦੇ ਨਾਲ ਉਡਾਉਣ ਦੀ ਜਿਹੜੀ ਪਲਾਨਿੰਗ ਸੀ ਉਹ ਸ਼ਹੀਦ ਭਾਈ ਗੁਰਮੀਤ ਸਿੰਘ ਦੇ ਵੱਲੋਂ ਬਣਾਈ ਗਈ ਸੀ, ਉਹਦੇ ਬਾਰੇ ਜਾਣਨਾ ਚਾਹਾਂਗੇ ਕੀ ਸੀਗਾ ਉਹ ਪੂਰਾ ਕਾਂਡ। ਐਸੇ ਹੀਰੇ ਐਸੇ ਸ਼ਹੀਦ ਜਿਸ ਵੀ ਕੌਮ ਵਿੱਚ ਹੋਣ ਉਹ ਕੌਮ ਕਦੇ ਹਾਰਦੀ ਨਹੀਂ, ਉਸ ਗੁਰਮੁਖ ਗੁਰਸਿੱਖ ਦੀ ਵੀ ਅੱਜ ਆਪਾਂ ਯਾਦਗਾਰ ਮਨਾ ਰਹੇ ਹਾਂ, ਸਲਾਨਾ ਬਰਸੀ ਮਨਾ ਰਹੇ ਹਾਂ। 21 ਤਾਰੀਖ ਵਾਲੇ ਦਿਨ ਰਾਹੋਂ ਜੋ ਧਮਾਕਾ ਹੋਇਆ ਸੀ ਉਸ ਦੇ ਸੰਬੰਧ ਵਿੱਚ ਭਾਈ ਗੁਰਮੀਤ ਸਿੰਘ ਜੋ ਧੂਲਕੋਟ ਤੋਂ ਹੈ, ਇੱਕੋ ਇੱਕ ਇਕਲੌਤਾ ਪੁੱਤਰ ਸੀ ਮਾਪਿਆਂ ਦੇ, ਅੱਗੇ ਕੋਈ ਵੰਸ਼ ਨਹੀਂ, ਉਸ ਨੂੰ ਪਕੜ ਕੇ ਉਹਦੇ ਨਹੁੰ ਤੋੜ ਕੇ ਉਹਦੇ ਵਿੱਚ ਲੂਣ ਪਾ ਪਾ ਕੇ ਹੱਥਾਂ ਦੇ ਥੱਲੇ ਮੋਮਬੱਤੀਆਂ ਰੱਖ ਕੇ ਹੱਥ ਸਾੜ ਕੇ ਏਅਰ ਕੂਲਰ ਵਾਇਰਲੈਸ ਕੀਤੀ ਪੰਜਾਬ ਦੇ ਮੁੱਖ ਮੰਤਰੀ ਜਕਰੀਏ ਨੂੰ ਕਿ ਇਹਦੇ ਹੱਥ ਸਾੜ ਦਿੱਤੇ ਆ, ਨਹੁੰ ਤੋੜ ਦਿੱਤੇ ਆ, ਲੂਣ ਉੱਪਰ ਪਾ ਦਿੱਤਾ, ਪਰ ਇਹ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਤੋਂ ਬਿਨਾਂ ਕੁਝ ਮੂੰਹੋਂ ਬੋਲਦਾ ਨਹੀਂ। ਪਹਿਲਾਂ ਇਹ ਧਾਰਮਿਕ ਵਿਦਿਆਲਿਆਂ ਦੇ ਆ ਜਿਹੜੀ ਟਕਸਾਲ ਦੇ ਵਿੱਚ ਪੜ੍ਹਾਈ ਜਾਂਦੀ ਹੈ, ਕਿਉਂਕਿ ਟਕਸਾਲ ਜਿੰਨਾ ਕੁ ਚਿਰ ਸਾਡੇ ਵਿੱਚ ਜਾਨ ਆ ਉੱਨੀ ਕੁ ਉਹਦੀ ਯਾਦ ਨੂੰ ਅਸੀਂ ਮਨਾਉਂਦੇ ਰਹਾਂਗੇ। ਸਿੱਖਾਂ ਦੀ ਆਵਾਜ਼ ਸਤਲੁਜ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼। ਅਸੀਂ ਜਦੋਂ ਵੀ ਸਿੱਖ ਇਤਿਹਾਸ ਦੇ ਵਿੱਚ ਸ਼ਹਾਦਤਾਂ ਦੇ ਪੰਨੇ ਫਰੋਲਦੇ ਹਾਂ ਤਾਂ ਬਹੁਤ ਸਾਰੇ ਸ਼ਹੀਦਾਂ ਦੇ ਨਾਮ ਮੁਰਲੀ ਕਤਾਰ ਦੇ ਵਿੱਚ ਨਜ਼ਰ ਆਉਂਦੇ ਨੇ, ਪਰ ਕੁਝ ਅਜਿਹੇ ਸ਼ਹੀਦ ਵੀ ਨੇ ਜਿਹੜੇ ਅਣਗੌਲੇ ਨੇ, ਜਿਨ੍ਹਾਂ ਦੀਆਂ ਸ਼ਹਾਦਤਾਂ ਤਾਂ ਬਹੁਤ ਵੱਡੀਆਂ ਨੇ ਪਰ ਕਈ ਕਾਰਨਾਂ ਕਰਕੇ ਉਹਨਾਂ ਦੇ ਨਾਮ ਉਸ ਤਰੀਕੇ ਉਸ ਪੱਧਰ ਤੱਕ ਸਾਹਮਣੇ ਨਹੀਂ ਆ ਸਕੇ ਜਿਸ ਪੱਧਰ ਤੱਕ ਆਉਣੇ ਚਾਹੀਦੇ ਸੀ। ਅਜਿਹੇ ਹੀ ਇੱਕ ਸ਼ਹੀਦ ਦੇ ਪਰਿਵਾਰ ਦੇ ਨਾਲ ਅੱਜ ਅਸੀਂ ਮੌਜੂਦ ਹਾਂ ਜਿਨ੍ਹਾਂ ਦਾ ਨਾਮ ਸ਼ਹੀਦ ਗੁਰਮੀਤ ਸਿੰਘ ਧੂਲਕੋਟ ਹੈ। ਇਹ ਉਹਨਾਂ ਵੇਲਿਆਂ ਦੀ ਗੱਲ ਹੈ ਜਦੋਂ ਅਜੇ ਪੰਥਕ ਸੰਘਰਸ਼ ਨੇ ਜ਼ੋਰ ਫੜਿਆ ਸੀ ਅਤੇ ਉਹਨਾਂ ਦੀ ਸ਼ਹਾਦਤ ਮੋਰਲੀ ਕਤਾਰ ਦੇ ਵਿੱਚ ਹੋਈ ਸੀ। ਗੁਰਮੀਤ ਸਿੰਘ ਧੂਲਕੋਟ ਸੰਤ ਦਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਬਹੁਤ ਕਰੀਬੀ ਸਾਥੀ ਰਹੇ ਨੇ ਅਤੇ 1982 ਦੇ ਵਿੱਚ ਰਾਹੋਂ ਬੰਬ ਕਾਂਡ ਦੌਰਾਨ ਜਦੋਂ ਇਹ ਕਾਂਡ ਚਰਚਿਤ ਹੋਇਆ ਪ੍ਰਚਲਿਤ ਹੋਇਆ ਉਸ ਵੇਲੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਉਹਨਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦੇ ਪਰਿਵਾਰ ਬਾਰੇ ਅਤੇ ਉਹਨਾਂ ਦੇ ਸੰਘਰਸ਼ ਦੇ ਬਾਰੇ ਅੱਜ ਅਸੀਂ ਜਾਣਾਂਗੇ। ਉਹਨਾਂ ਦੇ ਪਰਿਵਾਰਕ ਮੈਂਬਰ ਸਾਡੇ ਨਾਲ ਨੇ ਅਤੇ ਭਾਈ ਸਤਨਾਮ ਸਿੰਘ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸਾਡੇ ਨਾਲ ਨੇ ਜੋ ਗੱਲਬਾਤ ਕਰਨਗੇ। ਭਾਈ ਸਾਹਿਬ ਬਹੁਤ ਬਹੁਤ ਸਵਾਗਤ ਹੈ, ਵਾਹਿਗੁਰੂ ਜੀ ਕਾ ਖਾਲਸਾ। ਸਭ ਤੋਂ ਪਹਿਲਾਂ ਤਾਂ ਸ਼ਹੀਦ ਭਾਈ ਗੁਰਮੀਤ ਸਿੰਘ ਬਾਰੇ ਜਾਣਨਾ ਚਾਹਾਂਗੇ, ਜਨਮ ਕਦੋਂ ਹੋਇਆ ਉਹਨਾਂ ਦਾ ਅਤੇ ਸਿੱਖੀ ਸੰਘਰਸ਼ ਦੇ ਵਿੱਚ ਪੈਰ ਕਦੋਂ ਰੱਖਿਆ ਉਹਨਾਂ ਨੇ? ਦੇਖੋ ਜੀ, ਜਿੱਥੋਂ ਤੱਕ ਸ਼ਹੀਦ ਗੁਰਮੀਤ ਸਿੰਘ ਦੀ ਗੱਲ ਹੈ, ਜੋ ਮੇਰੀ ਨੌਲੇਜ ਦੇ ਵਿੱਚ ਆਇਆ ਅਤੇ ਉਹਨਾਂ ਦਾ ਜਨਮ ਇਸ ਨਗਰ ਦੇ ਵਿੱਚ ਧੂਲਕੋਟ ਨਗਰ ਦੇ ਵਿੱਚ 1954 ਦੇ ਵਿੱਚ ਮਾਤਾ ਗੁਰਨਾਮ ਕੌਰ ਜੀ ਦੀ ਕੁੱਖੋਂ ਸਰਦਾਰ ਜੈਲ ਸਿੰਘ ਜੀ ਦੇ ਘਰ ਦੇ ਵਿੱਚ ਹੋਇਆ ਅਤੇ ਇਹ ਜਿਹੜਾ ਪਰਿਵਾਰ ਹੈ ਮੁੱਖ ਤੌਰ 'ਤੇ ਖੇਤੀਬਾੜੀ ਕਰਨ ਵਾਲਾ ਕਿਸਾਨ ਪਰਿਵਾਰ ਹੈ, ਛੋਟੀ ਖੇਤੀਬਾੜੀ ਸੀ ਅਤੇ ਭਾਈ ਗੁਰਮੀਤ ਸਿੰਘ ਜੀ ਦਾ ਇੱਥੇ ਜਨਮ ਹੁੰਦਾ ਅਤੇ ਉਹ ਇਸ ਪਰਿਵਾਰ ਦਾ ਜੋ ਛੋਟੀ ਪੜ੍ਹਾਈ ਕਰਦੇ ਆ ਅਤੇ ਆਪਦੇ ਪਰਿਵਾਰਕ ਕੰਮ ਧੰਦੇ ਦੇ ਵਿੱਚ ਲੱਗ ਜਾਂਦੇ ਆ ਅਤੇ ਇਹੀ ਉਹਨਾਂ ਦਾ ਮਤਲਬ ਕੁਛ ਸਮਾਂ ਸੀ ਉਹ ਜਦੋਂ ਜਾ ਕੇ ਉਹਨਾਂ ਨੂੰ ਅੱਗੇ ਚੱਲ ਕੇ 17-18 ਸਾਲਾਂ ਦੀ ਉਮਰ ਦੇ ਵਿੱਚ ਉਹ ਸ਼ਾਇਦ ਆਪਣੇ ਸੰਤ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਉਹਨਾਂ ਦੇ ਸੰਪਰਕ ਦੇ ਵਿੱਚ ਆਉਂਦੇ ਆ ਅਤੇ ਉਹਨਾਂ ਦਾ ਜਿਹੜਾ ਇਹ ਜੀਵਨ ਹੈ ਸਿੱਖ ਸੰਘਰਸ਼ ਦੇ ਵਿੱਚ ਜੁੜਦੇ ਆ ਫਿਰ ਉਹ। ਮੈਂ ਸ਼ੁਰੂਆਤ ਦੇ ਵਿੱਚ ਰਾਹੋਂ ਬੰਬ ਕਾਂਡ ਦਾ ਜ਼ਿਕਰ ਕੀਤਾ ਸੀਗਾ,
ਉਸ ਬੰਬ ਕਾਂਡ ਦੌਰਾਨ ਉਸ ਵੇਲੇ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਬੰਬ ਦੇ ਨਾਲ ਉਡਾਉਣ ਦੀ ਜਿਹੜੀ ਪਲਾਨਿੰਗ ਸੀ ਉਹ ਸ਼ਹੀਦ ਭਾਈ ਗੁਰਮੀਤ ਸਿੰਘ ਦੇ ਵੱਲੋਂ ਬਣਾਈ ਗਈ ਸੀ, ਉਹਦੇ ਬਾਰੇ ਜਾਣਨਾ ਚਾਹਾਂਗੇ ਕੀ ਸੀਗਾ ਉਹ ਪੂਰਾ ਕਾਂਡ। ਉਹ ਜੋ ਮਤਲਬ ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ ਜਾਂ ਆਪਾਂ ਟੀਵੀ ਤੇ ਦੇਖਦੇ ਹਾਂ ਜਾਂ ਵਰਬਲੀ ਲੋਕਾਂ ਤੋਂ ਪਤਾ ਲੱਗਦਾ ਆਪਾਂ ਨੂੰ, ਉਹਦੇ ਵਿੱਚ ਸੀਗਾ ਜੀ ਧਰਮ ਯੁੱਧ ਮੋਰਚਾ ਉਦੋਂ ਚੱਲ ਰਿਹਾ ਸੀਗਾ ਤੇ ਜਿਹੜਾ ਆਪਣੇ ਨਹਿਰ ਵਾਲਾ ਵੀ ਮਸਲਾ ਸੀਗਾ, ਆਪਣੇ ਯਮੁਨਾ ਲਿੰਕ ਨਹਿਰ ਵਾਲਾ ਮਸਲਾ ਸੀ, ਧਰਮ ਯੁੱਧ ਮੋਰਚਾ ਸੰਤ ਗਿਆਨੀ ਜਰਨੈਲ ਸਿੰਘ ਦੀ ਪਿੰਡਰਾਂ ਵਾਲੇ ਉਹਨਾਂ ਦੀ ਅਗਵਾਈ ਦੇ ਵਿੱਚ ਪੂਰਾ ਜ਼ੋਰ ਫੜਿਆ ਹੋਇਆ ਸੀ ਮੋਰਚੇ ਨੇ, ਅਤੇ ਸਰਦਾਰ ਦਰਬਾਰਾ ਸਿੰਘ ਮੁੱਖ ਮੰਤਰੀ ਉਸ ਸਮੇਂ ਮਤਲਬ ਇਸ ਨੂੰ ਦਬਾਉਣ ਦੇ ਲਈ ਜੋ ਅਕਸਰ ਸਰਕਾਰਾਂ ਕਰਦੀਆਂ ਨੇ ਕੋਈ ਵੀ ਮੂਵਮੈਂਟ ਹੁੰਦੀ ਆ ਜਾਂ ਕੋਈ ਮੋਰਚਾ ਹੁੰਦਾ ਕੋਈ ਧਰਨਾ ਹੁੰਦਾ ਲੋਕਾਂ ਦੀ ਕੋਈ ਆਵਾਜ਼ ਹੁੰਦੀ ਆ ਉਹਨੂੰ ਦਬਾਉਣ ਦੇ ਲਈ ਸਰਕਾਰਾਂ ਹਰ ਤਰ੍ਹਾਂ ਦਾ ਹਰਬਾ ਵਰਤਦੀਆਂ ਨੇ, ਅਤੇ ਚਾਹੇ ਉਹ ਤਾਕਤ ਹੋਵੇ ਜਾਂ ਸਿਆਸਤ ਹੋਵੇ ਕਿਸੇ ਵੀ ਤਰੀਕੇ ਉਹ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀਆਂ ਨੇ ਇਸ ਤਰੀਕੇ। ਪਰ ਉਦੋਂ ਮੁੱਖ ਮੰਤਰੀ ਦਰਬਾਰਾ ਸਿੰਘ ਉਹਨਾਂ ਨੇ ਜਿਹੜੇ ਸੀ ਲੋਕ ਉਹਨਾਂ ਨੂੰ ਦਬਾਉਣ ਦੇ ਲਈ ਪੁਲਿਸ ਦੀਆਂ ਕਾਰਵਾਈਆਂ ਕਰਨੀਆਂ, ਕੇਸ ਪਾਉਣੇ ਤੇ ਕੁੱਟਮਾਰ ਕਰਨੀ ਜਾਂ ਗ੍ਰਿਫਤਾਰੀਆਂ ਕਰਨੀ। ਉਸ ਵੇਲੇ ਵੀ ਬੇਅੰਸਰ ਕਾਰਵਾਂ ਝੂਠੇ ਕੇਸ ਬਣਾਏ ਜਾਂਦੇ ਸੀ ਬਹੁਤ ਸਾਰੇ ਜੋ ਪੜ੍ਹਨ ਚਾਹੁੰਦੇ ਆ, ਕਿਉਂਕਿ ਸਾਡੀ ਉਮਰ ਉਸ ਸਮੇਂ ਛੋਟੀ ਆ, ਉਮਰ ਉਸ ਸਮੇਂ ਦੇ ਅਸੀਂ ਜਨਮ ਲਿਆ ਬੋਰਨ 1982 ਦੇ, ਅਤੇ ਉਹਦੀ ਕਰਕੇ ਮਤਲਬ ਜੋ ਆਪਾਂ ਪੜ੍ਹਦੇ ਸੁਣਦੇ ਹਾਂ ਅਤੇ ਉਸ ਸਮੇਂ ਵੀ ਇਸ ਤਰ੍ਹਾਂ ਦੇ ਸੀਗੇ ਕੁਛ ਅਫਸਰ ਪੁਲਿਸ ਦੇ ਵਿੱਚ ਜਾਂ ਜਿਨ੍ਹਾਂ ਨੂੰ ਸਰਕਾਰਾਂ, ਕਿਉਂਕਿ ਅਫਸਰ ਤਾਂ ਇੱਕ ਕਠਪੁਤਲੀ ਹੁੰਦਾ ਜੋ ਪਿੱਛੇ ਬੈਠ ਕੇ ਕਰਾਉਣ ਵਾਲੇ ਕੰਮ ਕੁਛ ਅਫਸਰ ਜਾਂ ਵੱਡੀ ਅਫਸਰਸ਼ਾਹੀ ਆ ਜਾਂ ਸਰਕਾਰਾਂ ਨੇ ਉਹਨਾਂ ਦੇ ਕਹੇ 'ਤੇ ਹੀ ਹੁੰਦਾ ਜੋ ਕੁਛ ਹੁੰਦਾ, ਅਤੇ ਇਸੇ ਕਰਕੇ ਉਹਨਾਂ ਨੂੰ ਦਰਬਾਰਾ ਸਿੰਘ ਨੂੰ ਜ਼ਕਰੀਆ ਖਾਂ ਵੀ ਕਿਹਾ ਜਾਂਦਾ। ਮੈਂ ਪੁੱਛਣ ਵਾਲੀ ਸੀ ਤੁਹਾਨੂੰ ਉਹਨਾਂ ਦੇ, ਕਿਉਂਕਿ ਜ਼ਕਰੀਆ ਖਾਂ ਵੇਲੇ ਵੀ ਜਿਹੜੇ ਸੀ ਜ਼ੁਲਮ ਹੁੰਦੇ ਸੀ, ਭਾਈ ਤਾਰੂ ਸਿੰਘ ਦੀ ਖੋਪਰੀ ਲਹਿੰਦੀ ਆ, ਸ਼ਹੀਦ ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਕੱਟੇ ਜਾਂਦੇ ਆ ਜਾਂ ਇਸ ਤਰ੍ਹਾਂ ਦੇ ਹੋਰ ਜਿਹੜੇ ਉਹ ਦੌਰ ਦੇ ਸ਼ਹੀਦ ਆ ਉਹਨਾਂ ਕਰ ਇਸ ਤਰ੍ਹਾਂ ਦੇ ਜਦੋਂ ਧੱਕੇਸ਼ਾਹੀਆਂ ਹੁੰਦੀਆਂ ਸੀਗੀਆਂ ਉਹੋ ਜਿਹੇ ਜ਼ੁਲਮ ਤਕਰੀਬਨ ਹੋਣ ਲੱਗ ਗਏ ਸੀਗੇ ਸਿੱਖ ਨੌਜਵਾਨਾਂ 'ਤੇ ਜਾਂ ਉਹਨਾਂ ਦੇ ਪਰਿਵਾਰਾਂ 'ਤੇ, ਅਤੇ ਉਹਦੀ ਕਰਕੇ ਇਹਨਾਂ ਨੂੰ ਵੀ ਜਿਹੜੇ ਸੰਤ ਗਿਆਨੀ ਜਰਨੈਲ ਸਿੰਘ ਜੀ ਸ਼ਾਇਦ ਉਹਨਾਂ ਨੇ ਇਹ ਨਾਂ ਦਿੱਤਾ ਸੀ ਉਹਨੂੰ ਜ਼ਕਰੀਆ ਖਾਨ। ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਾ ਨੇ ਦਰਬਾਰ ਸਿੰਘ ਨੂੰ ਜ਼ਕਰੀਆ ਖਾਨ ਕਿਹਾ ਸੀ। ਹਾਂ ਸ਼ਾਇਦ ਉਹਨਾਂ ਦੇ ਸਪੀਚਾਂ ਦੇ ਵਿੱਚ ਇਹ ਸ਼ਾਇਦ ਹੈ ਗੱਲ ਉਹਨਾਂ ਨੇ। ਬੰਬ ਕਾਂਡ ਬਾਰੇ ਦੱਸੋ ਕਿ ਕਿਸ ਤਰ੍ਹਾਂ ਭਾਈ ਗੁਰਮੀਤ ਸਿੰਘ ਦੇ ਮਨ ਦੇ ਵਿੱਚ ਆਉਂਦਾ ਹੈ ਕਿ ਇਹਨੂੰ ਬੰਬ ਦੇ ਨਾਲ ਉਡਾਉਣਾ ਹੈ, ਪੂਰੀ ਪਲਾਨਿੰਗ ਕੀ ਸੀ? ਨਹੀਂ ਉਹਦੇ ਬਾਰੇ ਆਪਾਂ ਨੂੰ ਬਾਹਲੀ ਡਿਟੇਲ ਤਾਂ ਨਹੀਂ ਪਤਾ, ਮਤਲਬ ਉਹਨਾਂ ਦਾ ਇਹ ਸੀਗਾ ਉਹ ਇਸ ਸਿੱਖ ਸੰਘਰਸ਼ ਦੇ ਵਿੱਚ ਦਮਦਮੀ ਟਕਸਾਲ ਦੇ ਵਿੱਚ ਜੁੜਦੇ ਆ, 1977 ਤੋਂ ਪਹਿਲਾਂ ਹੀ ਜੁੜ ਜਾਂਦੇ ਕਿਉਂਕਿ 1977 ਦੇ ਵਿੱਚ ਸੰਤ ਗਿਆਨੀ ਕਰਨੈਲ ਜਰਨੈਲ ਆਪਣੇ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸ਼ਹੀਦੀ ਪਾ ਜਾਂਦੇ ਆ, ਅਤੇ ਉਸ ਤੋਂ ਪਹਿਲਾਂ ਹੀ ਇਹ 2-4 ਸਾਲ ਪਹਿਲਾਂ ਜੁੜਦੇ ਆ, ਅਤੇ ਉਹਦੀ ਕਰਕੇ ਇਹਨਾਂ ਦਾ ਮਤਲਬ ਸਿੱਖ ਪੰਥ ਦੇ ਵੱਲ ਜਾਂ ਆਪਣੇ ਪਹਿਲਾਂ ਇਹ ਧਾਰਮਿਕ ਵਿੱਦਿਆ ਲੈਂਦੇ ਆ ਜਿਹੜੀ ਟਕਸਾਲ ਦੇ ਵਿੱਚ ਪੜ੍ਹਾਈ ਜਾਂਦੀ ਆ, ਕਿਉਂਕਿ ਟਕਸਾਲ ਅਸਲ ਦੇ ਵਿੱਚ ਜਿਹੜੀ ਮੁੱਢਲੀ ਸਿੱਖੀ ਦਾ ਜਿਹੜਾ ਸੀ ਬਾਬਾ ਦੀਪ ਸਿੰਘ ਜੀ ਤੋਂ ਚੱਲੀ ਹੋਈ ਟਕਸਾਲ ਆ, ਅਤੇ ਉਦੋਂ ਵਿੱਦਿਆ ਦਾ ਕਾਰਜ ਬਹੁਤ ਉੱਚ ਪੱਧਰ 'ਤੇ ਕੀਤਾ ਜਾਂਦਾ ਸੀਗਾ, ਮਤਲਬ ਧਾਰਮਿਕ ਵਿੱਦਿਆ, ਸੰਥਿਆ ਦੇਣੀ, ਕਥਾ ਆਪਣੇ ਗੁਰਬਾਣੀ ਦਾ ਜਾਂ ਹੋਰ ਜਿਹੜੇ, ਉਹਦੀ ਕਰਕੇ ਇਹਨਾਂ ਨੂੰ ਮਤਲਬ ਉੱਥੇ ਵਿੱਦਿਆ ਪੜ੍ਹਦੇ ਸੀ, ਚੰਗੇ ਗ੍ਰੰਥੀ ਬਣ ਗਏ ਸੀ ਜੋ ਆਮ ਤੌਰ 'ਤੇ ਕਿਤਾਬਾਂ ਦੇ ਵਿੱਚ ਜਾਂ ਜਿੰਨੀ ਨੌਲੇਜ ਮਿਲੀ ਆ ਇਹਨਾਂ ਬਾਰੇ, ਅਤੇ ਇਹਨਾਂ ਦਾ ਮਤਲਬ ਉੱਧਰ ਧਿਆਨ ਸੀਗਾ ਜ਼ਿਆਦਾ, ਤੇ ਧਰਮ ਯੁੱਧ ਮੋਰਚੇ ਕਰਕੇ ਮਤਲਬ ਜਿਹੜਾ ਹੁੰਦਾ ਸੀ ਜ਼ੁਲਮ ਹੁੰਦਾ ਸੀ, ਸਰਕਾਰੀ ਤਸ਼ੱਦਦ ਹੁੰਦਾ ਸੀ, ਧੱਕੇਸ਼ਾਹੀ ਹੁੰਦਾ ਸੀ, ਸ਼ਾਇਦ ਇਹਨਾਂ ਦੇ ਮਨ ਦੇ ਵਿੱਚ ਰੋਸ ਸੀਗਾ ਉਸ ਚੀਜ਼ ਦਾ ਵੀ ਇਹ ਧੱਕਾ ਹੋ ਰਿਹਾ ਜ਼ੁਲਮ ਹੋ ਰਿਹਾ, ਅਤੇ ਫਿਰ ਇਹ ਕੁਛ ਸੀਗੇ ਜੋ ਮਿਲ ਕੇ ਇਹਨਾਂ ਨੇ
ਜੋ ਸਮੇਂ ਦੇ ਹਿਸਾਬ ਦੇ ਨਾਲ ਵੀ ਸਰਕਾਰ ਨੂੰ ਆਪਣੀ ਆਵਾਜ਼ ਦੇਣ ਦੇ ਲਈ ਜਾਂ ਉਹਨਾਂ ਦੇ ਜ਼ੁਲਮਾਂ ਨੂੰ ਠੱਲ ਪਾਉਣ ਦੇ ਲਈ ਕੁਛ ਇਹਨਾਂ ਨੇ ਇਸ ਤਰ੍ਹਾਂ ਦੀ ਰਾਹੋਂ ਕਾਂਡ ਵਾਲੀ ਜਿਹੜੀ ਸੀ ਪਲੈਨਿੰਗ ਸੀਗੀ ਇਹਨਾਂ ਦੀ। ਕਹਿੰਦੇ ਕਿ ਬੰਬ ਸਿੱਟਿਆ ਸੀਗਾ, ਸਿੱਟ ਵੀ ਦਿੱਤਾ ਸੀ ਪਰ ਬੰਬ ਚੱਲਿਆ ਨਹੀਂ ਸੀ, ਜਿਸ ਤੋਂ ਬਾਅਦ ਇਹਨਾਂ ਦੀ ਗ੍ਰਿਫਤਾਰੀ ਸ਼ਾਇਦ ਉਹਦੇ ਬਾਰੇ ਮੈਨੂੰ ਡਿਟੇਲ 'ਚ ਨਹੀਂ ਪਤਾ, ਮਤਲਬ ਉਸੇ ਕਾਂਡ ਦੇ ਵਿੱਚ ਇਹਨਾਂ ਨੂੰ ਬਾਅਦ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ। ਇਹਨਾਂ ਦੀ ਪਹਿਲੀ ਬਰਸੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਖੁਦ ਮਨਾਈ ਸੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਉਹ ਪੋਸਟਰ ਵੀ ਪਰਿਵਾਰ ਦੇ ਕੋਲ ਮੌਜੂਦ ਹੈ। ਮੈਂ ਪੜ੍ਹਿਆ ਵੀ ਸੀ ਉਸ ਪੋਸਟਰ ਦੇ ਵਿੱਚ ਬਹੁਤ ਸਾਰੀ ਇਹਨਾਂ ਦੇ ਉੱਪਰ ਜੋ ਤਸ਼ੱਦਦ ਹੋਏ ਉਹ ਕਹਾਣੀ ਬਿਆਨ ਕੀਤੀ ਗਈ ਸੀ। ਅਸੀਂ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਦੇ ਤਸ਼ੱਦਦ ਇਹਨਾਂ ਦੇ ਉੱਪਰ ਹੋਏ ਸੀ। ਜੋ ਸੰਤ ਗਿਆਨੀ ਜਰਨੈਲ ਸਿੰਘ ਜੀ ਉਹਨਾਂ ਦੀ ਵੀਡੀਓ ਹੈਗੀ ਆ 2 ਮਿੰਟ ਦੀ, ਤੇ ਉਹ ਵਰਬਲੀ ਉਹ ਆਪਣਾ ਉੱਥੋਂ ਹੀ ਦਰਬਾਰ ਸਾਹਿਬ ਮੰਜੀ ਸਾਹਿਬ ਤੋਂ ਮਤਲਬ ਬਿਆਨ ਦੇ ਰਹੇ ਆ, ਤੇ ਸ਼ਾਇਦ 1983 ਦਾ ਹੋ ਸਕਦਾ ਕਿਉਂਕਿ ਸਾਲ 1984 ਦੇ ਵਿੱਚ ਤਾਂ ਘੱਲੂਘਾਰਾ ਹੋ ਗਿਆ ਸੀ। ਤੇ ਉਹਨਾਂ ਨੇ ਮਤਲਬ ਉੱਥੇ ਜ਼ਿਕਰ ਕਰਦੇ ਆ ਸ਼ਹੀਦ ਗੁਰਮੀਤ ਸਿੰਘ ਜੀ ਦਾ, ਤੇ ਵੀ ਸਾਡੇ ਜੱਥੇ ਦੇ ਸਿੰਘ ਸੀਗੇ ਇਹ, ਇਹਨਾਂ ਨੂੰ ਰਾਹੋਂ ਕਾਂਡ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਔਰ ਇਹਨਾਂ ਨੂੰ ਮਤਲਬ CA ਸਟਾਫ ਜਲੰਧਰ ਦੇ ਵਿੱਚ ਸ਼ਾਇਦ ਤੇ ਇਹਨਾਂ ਨੂੰ ਰੱਖ ਕੇ ਜਿਹੜੇ ਕੁਛ ਅਫਸਰ ਸੀਗੇ ਉਸ ਸਮੇਂ ਦੇ ਜਿਵੇਂ ਸੈਣੀ ਵਰਗੇ ਹੁਣ ਹੈਗੇ ਆ, ਉਦੋਂ ਵੀ ਸ਼ਾਇਦ ਹੋਣਗੇ ਇਹੋ ਜਿਹੇ ਜਿਹਨਾਂ ਦਾ ਨਾਮ ਸ਼ਾਇਦ ਉਹ ਭੁੱਲਰ ਵਗੈਰਾ ਕਿਸੇ ਦਾ ਨਾਂ ਵੀ ਲੈਂਦੇ ਆ ਕਿਸੇ ਦਾ ਸ਼ਾਇਦ, ਜਾਂ ਅਟਵਾਲ ਇਸ ਤਰ੍ਹਾਂ ਦੇ ਬੰਦਿਆਂ ਦਾ ਕੁਛ ਜ਼ਿਕਰ ਆਉਂਦਾ ਵੀ ਜਿਹਨਾਂ ਨੇ ਤਸ਼ੱਦਦ ਕੀਤਾ ਉਹਨਾਂ 'ਚ ਨਾਂ ਖਿੱਚੇ ਤੇ ਉਹਨਾਂ ਨੂੰ ਘੋਟਣੇ ਲਾਏ, ਤੇ ਮਤਲਬ ਉਹ ਜੋ ਅਕਸਰ ਕਰਦੀ ਸੀ ਉਹ ਮਤਲਬ ਸਰੀਰ ਨੂੰ ਪਾੜ ਦੇਣਾ ਵਿਚਾਲਿਓ, ਦੋ ਲੱਤਾਂ ਖਿੱਚ ਕੇ ਦੋਨਾਂ ਪਾਸਿਓਂ ਤੇ ਜ਼ਖਮ ਚੀਰੇ ਦੇ ਕੇ ਉਹਨਾਂ ਦੇ ਵਿੱਚ ਲੂਣ ਮਿਰਚਾਂ ਭਰ ਦੇਣੀਆਂ, ਮਤਲਬ ਹਰ ਤਰ੍ਹਾਂ ਦਾ ਮਤਲਬ ਉਹ ਬਹੁਤ ਜ਼ਿਆਦਾ ਮਤਲਬ ਆਪਾਂ ਜ਼ਿਕਰ ਹੀ ਨਹੀਂ ਕਰ ਸਕਦੇ ਕਿਵੇਂ ਉਹ ਸਹਿੰਦੇ ਹੋਣਗੇ ਜਾਂ ਕਿਵੇਂ ਕਰਨ ਵਾਲਿਆਂ ਦੀ ਕੀ ਮਾਨਸਿਕਤਾ ਹੋਊਗੀ ਹੈ ਨਾ, ਕਿਸ ਤਰ੍ਹਾਂ ਕਰਦੇ ਹੋਣਗੇ। ਵੀ ਇਸ ਤਰ੍ਹਾਂ ਦੇ ਤਸ਼ੱਦਦ ਦਾ ਜ਼ਿਕਰ ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਵਿੱਚ ਕਰਦੇ ਆ ਉਹ, ਤੇ ਇਹਨਾਂ ਦੀ ਸ਼ਹੀਦੀ ਉਹਨਾਂ ਨੇ ਪਹਿਲੀ ਵਾਰ ਮਤਲਬ ਮੰਜੀ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਬੇਨਤੀ ਇਹਨਾਂ ਦੇ ਨਾਂ ਤੇ ਹੋਈ ਹੈ ਮੰਜੀ ਸਾਹਿਬ ਦਰਬਾਰ ਸਾਹਿਬ ਉਸ ਤੋਂ ਬਾਅਦ 1983 ਦੇ ਵਿੱਚ। ਠੀਕ ਹੈ, ਥੋੜਾ ਪਰਿਵਾਰ ਦੇ ਨਾਲ ਇੰਟਰੋਡਿਊਸ ਕਰਾਉਂਗੇ ਸਾਡੀ ਆਡੀਅੰਸ ਨੂੰ ਕਿ ਪਰਿਵਾਰ ਦੇ ਵਿੱਚ ਹੁਣ ਇਸ ਵੇਲੇ ਕੌਣ ਕੌਣ ਹੈ। ਪਰਿਵਾਰ ਦੇ ਵਿੱਚ ਇਹਨਾਂ ਦੇ ਮਾਤਾ ਪਿਤਾ ਜੀ ਉਹ ਮਾਤਾ ਗੁਰਨਾਮ ਕੌਰ ਜੀ ਤੇ ਸਰਦਾਰ ਜੈਲ ਸਿੰਘ ਜੀ, ਉਹ ਤਾਂ ਚੜ੍ਹਾਈ ਕਰ ਗਏ ਸੀ ਕੁਛ ਸਮਾਂ ਪਹਿਲਾਂ, ਤੇ ਉਸ ਤੋਂ ਬਾਅਦ ਇਹਨਾਂ ਦੇ ਭੈਣ ਜੀ ਸੀਗੇ ਇਸ ਨਗਰ ਦੇ ਵਿੱਚ, ਕਿਉਂਕਿ ਇਹਨਾਂ ਦੇ ਜਿਹੜੇ ਧਰਮ ਪਤਨੀ ਸੀ ਸ਼ਾਇਦ ਉਹ ਵੀ ਸ਼ਹੀਦੀ ਤੋਂ ਬਾਅਦ ਸ਼ਾਇਦ ਪਰਿਵਾਰ ਦੇ ਨਾਲ ਕੋਈ ਉਸ ਤਰ੍ਹਾਂ ਦਾ ਰਿਸ਼ਤਾ ਨਹੀਂ ਰਿਹਾ ਉਹਨਾਂ ਦਾ। ਉਸ ਤੋਂ ਬਾਅਦ ਇਹਨਾਂ ਦੀ ਭੈਣ ਕੀ ਨਾਂ ਸੀ ਮਾਤਾ ਜੀ ਦਾ, ਚਰਨਜੀਤ ਕੌਰ ਜੀ, ਵੱਡੇ ਸਾਡੇ ਸੀਗੇ ਭੈਣ ਜੀ, ਉਹ ਇਸ ਨਗਰ ਦੇ ਵਿੱਚ ਰਹਿੰਦੇ ਆ। ਫਿਰ ਇੱਥੇ ਆ ਕੇ ਜਿਵੇਂ ਆਮ ਹੀ ਹੁੰਦਾ ਵੀ ਜਿਸ ਘਰ ਦੇ ਵਿੱਚ ਕੋਈ ਹੁੰਦਾ ਨੀ ਭੈਣ ਭਰਾ ਜਾਂ ਦੋ ਭੈਣਾਂ ਹੁੰਦੀਆਂ ਨੇ, ਉਹ ਭੈਣਾਂ ਅੱਗੇ ਵਧਾਉਂਦੀਆਂ ਨੇ ਪਰਿਵਾਰ ਦੀ ਹਨਾ ਜਿਹੜੀ ਹੁੰਦੀ ਹੈ। ਇੱਥੇ ਰਹਿ ਕੇ ਫਿਰ ਉਹਨਾਂ ਨੇ ਆਪਦੇ ਬੱਚਿਆਂ ਨੂੰ ਪਾਲਿਆ, ਆਪਦੀ ਉਹਨਾਂ ਨੇ ਦੋਹਾਂ ਜੀਆਂ ਨੇ ਮਿਹਨਤ ਕਰੀ ਰਹਿ ਕੇ ਇੱਥੇ ਆਪਦੀ ਜ਼ਿੰਮੇਵਾਰੀ ਨਿਭਾਈ, ਤੇ ਉਸ ਸਮੇਂ ਉਹਨਾਂ ਨੇ ਸਰਕਾਰੀ ਤਸ਼ੱਦਦ ਵੀ ਝੱਲਿਆ, ਜਿਹੜੀ ਸਖਤੀ ਦਾ ਦੌਰ ਸੀ ਉਹ ਵੀ ਦੇਖਿਆ ਉਹਨਾਂ ਨੇ। ਉਹਨਾਂ ਦੀ ਭੈਣ ਨੂੰ ਵੀ ਸਰਕਾਰੀ ਤਸ਼ੱਦਦ ਕੀਤਾ ਜਾਂਦਾ ਸੀਗਾ, ਪੁਲਿਸ ਪਰੇਸ਼ਾਨ ਕਰਦੀ ਸੀ। ਉਹਨਾਂ ਬਾਰੇ ਨਹੀਂ ਕੋਈ ਜ਼ਿਕਰ ਮਿਲਦਾ ਜਾਂ ਉਹਨਾਂ ਬਾਰੇ ਸ਼ਾਇਦ ਉਹਨਾਂ ਨੂੰ ਮਤਲਬ ਉਹ ਸੀਗਾ ਮਤਲਬ ਪੁਲਿਸ ਆ ਕੇ ਅਮ ਧਮਕਾਉਂਦੇ ਵਗੈਰਾ ਤਾਂ ਸੀਗੇ ਘਰਾਂ ਦੇ ਵਿੱਚ ਆ ਕੇ ਨਾ ਰੋਕਦੇ ਸੀ, ਡਰਦਾ ਰਹਿੰਦਾ ਸੀ। ਹਾਂਜੀ 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 ਕੀ ਪਤਾ ਵੀ ਹਨਾ ਵੀ ਹਾਂ ਹਾਂਜੀ ਹਾਂਜੀ ਤੇ ਬਾਕੀ ਉਹ ਖੇਤੀਬਾੜੀ ਵਾਲਾ ਪਰਿਵਾਰ ਆ ਜੀ। ਅੱਗੇ ਫਿਰ ਉਹਨਾਂ ਦੀ ਭੈਣ ਜੀ ਵੀ ਚੜ੍ਹਾਈ ਕਰ ਗਏ ਹੁਣ, ਅੱਗੇ ਉਹਨਾਂ ਦੀ ਬੇਟੀ ਆ ਦੋ ਧੀ ਕਹਿ ਸਕਦੇ ਹਾਂ, ਭਾਣ ਜੀ ਸ਼ਹੀਦ ਭਾਈ ਗੁਰਮੀਤ ਸਿੰਘ ਜੀ, ਇਹ ਭੈਣ ਅੰਮ੍ਰਿਤਪਾਲ ਕੌਰ, ਇਹ ਭੈਣ ਜੀ ਗੁਰਪ੍ਰੀਤ ਕੌਰ, ਇਹ ਉਹਨਾਂ ਦੇ ਭਾਣ ਜੀ, ਇਹ ਭਾਣ ਜੀਆਂ ਨੇ ਦੋਨੇ ਉਹਨਾਂ ਦੀਆਂ। ਇਹ ਹੈਗੇ ਸਰਦਾਰ ਅਵਤਾਰ ਸਿੰਘ ਜੀ,
ਤੇ ਇਹ ਭੈਣ ਅੰਮ੍ਰਿਤਪਾਲ ਕੌਰ ਦੇ ਪਤੀ ਨੇਗੇ। ਇਹ ਹੁਣ ਇੱਥੇ ਜ਼ਿੰਮੇਵਾਰੀ ਹੈਗੀ ਜੋ ਪਰਿਵਾਰ ਦੀ ਨਿਭਾ ਰਹੇ ਨੇ, ਖੇਤੀਬਾੜੀ ਕਰ ਰਹੇ ਨੇ। ਔਰ ਜਿਹੜਾ ਪਰਿਵਾਰ ਹੈ ਅਤੇ ਮਤਲਬ ਜਿਹੜੇ ਕੁਛ, ਕਿਉਂਕਿ ਕੁਛ ਜਿਹੜੇ ਬਾਹਰ ਲੋਕ ਬੈਠੇ ਐਨ ਆਰ ਆਈ ਵੀਰ ਨੇ ਜਾਂ ਜਿਹੜੇ ਸਿੱਖੀ ਪ੍ਰਤੀ ਜਾਂ ਪੰਥ ਪ੍ਰਤੀ ਉਹਨਾਂ ਦੀ ਸੋਚ ਆ ਜਿਹੜੀ, ਉਹਨਾਂ ਨੇ ਸਮੇਂ ਸਮੇਂ 'ਤੇ ਸ਼ਹੀਦ ਪਰਿਵਾਰਾਂ ਦੀ ਬਹੁਤ ਮਦਦ ਕੀਤੀ ਆ ਲੋੜਵੰਦ ਉਹਨਾਂ ਦੇ, ਪਰ ਮੇਰੇ ਖਿਆਲ ਦੇ ਵਿੱਚ ਇਸ ਪਰਿਵਾਰ ਤੱਕ ਅਜੇ ਜਾਂ ਉਹਨਾਂ ਨੂੰ ਜਾਣਕਾਰੀ ਨਹੀਂ ਇਹਨਾਂ ਬਾਰੇ, ਜਾਂ ਕੋਈ ਪਹੁੰਚ ਨਹੀਂ ਹੋ ਸਕੀ ਉਹਨਾਂ ਦੀ, ਜਾਂ ਕੋਈ ਕੁਛ ਵਿੱਚ ਬੰਦੇ ਐਸੇ ਵੀ ਸੁਣੇ ਆ ਵੀ ਬੈਠੇ ਆ ਜਿਹੜੇ ਮਤਲਬ ਸ਼ਹੀਦਾਂ ਦੇ ਨਾਂ 'ਤੇ ਆਪਦੀ ਮਤਲਬ ਜੇਬਾਂ ਭਰ ਲੈਂਦੇ ਆ ਬਾਹਰੋਂ ਪੈਸਾ ਮੰਗਾ ਕੇ ਜਾਂ ਕੁਛ, ਹੈ ਇਸ ਤਰ੍ਹਾਂ ਦੇ ਵੀ ਕੁਛ ਸੁਣਿਆ ਜਾਂਦਾ। ਪਰਿਵਾਰ ਲੋੜਵੰਦ ਆ ਜੀ, ਛੋਟੀ ਖੇਤੀ ਆ, ਕੋਈ ਬਹੁਤੀ ਵੱਡੀ ਜ਼ਮੀਨ ਜਾਇਦਾਦ ਨਹੀਂ ਹੈ, ਲੋੜਵੰਦ ਪਰਿਵਾਰ ਆ। ਅਤੇ ਪਰ ਇਹਨਾਂ ਨੇ ਇਹ ਗੱਲ ਆ ਵੀ 40 ਸਾਲ ਤੋਂ ਲੈ ਕੇ ਜਦੋਂ ਤੋਂ ਸ਼ਹੀਦੀ ਹੋਈ ਆ ਉਹਨਾਂ ਦੀ, ਸ਼ਹੀਦ ਗੁਰਮੀਤ ਸਿੰਘ ਜੀ ਦੀ ਯਾਦ ਨੂੰ ਉਸੇ ਤਰ੍ਹਾਂ 1 ਅਗਸਤ ਨੂੰ ਇਸ ਨਗਰ ਦੇ ਵਿੱਚ ਸਮਾਗਮ ਕਰਕੇ, ਉਹ ਵੀ 21 ਅਗਸਤ ਨੂੰ, ਹਾਂਜੀ ਸੋਰੀ 21 ਅਗਸਤ ਨੂੰ ਉਹ ਕਰਦੇ ਆ। ਅਤੇ ਪਿੰਡ ਦਾ ਵੀ ਕੋਈ ਬਹੁਤਾ ਸਹਿਯੋਗ ਨਹੀਂ ਹੁੰਦਾ, ਕਿਉਂਕਿ ਅਜੇ ਵੀ ਉਹ ਜਿਹੜੀ ਡਰ ਹੈਗਾ ਲੋਕਾਂ ਦੇ ਵਿੱਚ, ਆਮ ਤੌਰ 'ਤੇ ਜੋ 1978 ਤੋਂ ਲੈ ਕੇ 1995 ਤੱਕ ਜੋ ਜ਼ੁਲਮ ਦਾ ਦੌਰ ਸੀਗਾ, ਜਦੋਂ ਤੱਕ ਬੇਅੰਤ ਸਿੰਘ ਨੂੰ ਨਹੀਂ ਗੱਡੀ ਚਾੜਿਆ ਜਾਂਦਾ ਸਿੰਘਾਂ ਵੱਲ ਦੁਆਰਾ, ਉਹਨਾਂ ਚਿਰ ਉਹ ਜਿਹੜੀ ਲੋਕਾਂ ਦੇ ਵਿੱਚ ਅਜੇ ਵੀ ਜਿਨ੍ਹਾਂ ਨੇ ਸਿਹਾ ਉਹਨਾਂ ਨੂੰ ਤਾਂ ਹੈਗਾ ਹੀ ਆ ਮਤਲਬ, ਹੈ ਨਾ। ਅਤੇ ਜਿਹੜੀ ਅਗਲੀ ਪੀੜ੍ਹੀ ਆ ਜਾਂ ਉਸ ਸਮੇਂ ਦੇ ਜਿਨ੍ਹਾਂ ਨੇ ਦੇਖਿਆ ਉਸ ਚੀਜ਼ ਨੂੰ, ਉਹਨਾਂ ਦੇ ਮਨ 'ਚ ਡਰ ਹੈਗਾ ਇਸ ਗੱਲ ਦਾ ਵੀ ਅੱਗੇ ਵੀ ਉਹਦੀ ਕਰਕੇ ਕੋਈ ਅੱਗੇ ਨਹੀਂ ਆਉਂਦਾ। ਅਤੇ ਪਰਿਵਾਰ ਆਪਣੇ ਤੌਰ 'ਤੇ ਜੋ ਵੀ ਇਹਨਾਂ ਦੀ ਦਸਾਂ ਨੌਂ ਦੀ ਕਿਰਤ ਕਮਾਈ ਆ ਉਹਦੇ ਵਿੱਚੋਂ ਸ਼ਹੀਦੀ ਇਹਨਾਂ ਦੀ ਬਰਸੀ ਮਨਾਉਂਦੇ ਆ, ਯਾਦਗਾਰ ਮਨਾਉਂਦੇ ਆ ਇਹਨਾਂ ਦੀ। ਅਤੇ ਜੋ ਵੀ ਪੁੰਨਦਾਨ ਹੁੰਦਾ ਜੋ ਹੁੰਦਾ ਉਹ ਲੰਗਰ ਲਾਉਂਦੇ ਆ ਵੀ, ਉਹ ਮਤਲਬ ਲਗਾਤਾਰ ਉਸ ਯਾਦ ਨੂੰ ਬਣਾ ਕੇ ਰੱਖਦੇ ਆ, ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਆ। ਠੀਕ ਹੈ, ਪਰਿਵਾਰ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਦੇ ਭਾਣਜੀ ਗੁਰਪ੍ਰੀਤ ਕੌਰ ਹੈ ਤੁਹਾਡਾ ਨਾਮ। ਗੁਰਪ੍ਰੀਤ ਜੀ, ਤੁਸੀਂ ਤਸਵੀਰ ਆਪਣੇ ਮਾਮਾ ਜੀ ਦੀ ਹੱਥ ਦੇ ਵਿੱਚ ਫੜੀ ਹੋਈ ਹੈ, ਇਹ ਕਿੰਨੀ ਕੁ ਪੁਰਾਣੀ ਤਸਵੀਰ ਹੈ? ਇਹ ਪੁਰਾਣੀ ਹੈ ਜੀ, ਉਹਨਾਂ ਦੇ ਟਾਈਮ ਦੀ ਹੋਈ ਆ। ਪਹਿਲੀਆਂ ਤਸਵੀਰਾਂ ਤਾਂ ਸਾਰੀਆਂ ਗੁੰਮ ਹੋ ਗਈਆਂ ਸੀ, ਜਿਹੜੀਆਂ ਰਹਿੰਦੀਆਂ ਸੀ ਉਹਨਾਂ ਦੇ ਵਿੱਚੋਂ ਇੱਕ ਬਣਵਾਈ ਸੀਗੀ ਅਸੀਂ। ਹਾਂਜੀ ਠੀਕ ਹੈ। ਅਤੇ ਕਹਿੰਦੇ ਨੇ ਕਿ ਨਾਨਕਿਆਂ ਦੇ ਨਾਲ ਬੜਾ ਮੋਹ ਹੁੰਦਾ ਹੈ ਨਾ, ਦੋਤੇ ਦੋਤੀਆਂ ਦਾ, ਅਤੇ ਤੁਸੀਂ ਵੀ ਉਸ ਚੀਜ਼ ਦੀ ਮਿਸਾਲ ਹੋ ਕਿ ਤੁਸੀਂ ਆਪਣੇ ਨਾਨਕਿਆਂ ਦਾ ਘਰ ਸੰਭਾਲ ਰਹੇ ਹੋ ਅੱਜ ਇੱਥੇ ਰਹਿ ਕੇ। ਸੰਘਰਸ਼ ਦੀਆਂ ਕੁਛ ਗੱਲਾਂ ਤੁਹਾਨੂੰ ਯਾਦ ਨੇ ਕਿ ਕਿਸ ਤਰ੍ਹਾਂ ਤੁਹਾਡੇ ਮਾਮਾ ਜੀ ਸੰਘਰਸ਼ ਕਰਦੇ ਹੁੰਦੇ ਸੀਗੇ? ਸੀਗੇ ਤਾਂ ਅਸੀਂ ਉਸ ਟਾਈਮ ਛੋਟੇ, ਪਰ ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਨਾਨੀ ਨਾਲ ਰਿਹਾ, ਜਿਹੜਾ ਉਹ ਟਾਈਮ ਸੀਗਾ ਬਹੁਤ ਔਖਾ ਟਾਈਮ ਸੀ ਜਿਹੜਾ ਲੰਘਾਇਆ, ਨਾਲੇ ਸਾਨੂੰ ਕੋਲ ਰੱਖ ਕੇ ਨਾਨੀ ਜੀ ਨੇ ਆਪਦਾ ਟਾਈਮ ਕੱਢਿਆ, ਨਾਲੇ ਆਪਦੇ ਪੁੱਤ ਦੀਆਂ ਯਾਦਾਂ ਸਾਂਭ ਕੇ ਰੱਖੀਆਂ ਅਤੇ ਉਹਦਾ ਦਿਨ ਮਨਾਉਂਦੇ ਰਹੇ। ਕੀ ਗੱਲਾਂ ਕਰਦੇ ਹੁੰਦੇ ਸੀ ਤੁਹਾਡੇ ਨਾਲ ਤੁਸੀਂ? ਮੈਂ ਸੁਣਿਆ ਕਿ ਤੁਸੀਂ ਬਹੁਤ ਸਮਾਂ ਬਿਤਾਇਆ ਆਪਣੀ ਨਾਨੀ ਦੇ ਨਾਲ। ਗੱਲਾਂ ਤਾਂ ਕੀ, ਇੱਕ ਕਿਸਮ ਦਾ ਉਹਨਾਂ ਦੇ ਅੰਦਰ ਹੌਲ ਹੀ ਸੀਗਾ, ਉਹ ਹੌਲ ਕੈਂਸਰ ਦੀ ਬਿਮਾਰੀ ਦਾ ਰੂਪ ਧਾਰਨ ਕਰ ਗਿਆ, ਉਹਨਾਂ ਨੂੰ ਬਲੱਡ ਕੈਂਸਰ ਸੀਗਾ, ਅਤੇ ਉਹਨਾਂ ਨਾਲ ਜੂਝਦੇ ਜੂਝਦੇ ਕੁਛ ਆਪਦੇ ਪੁੱਤਾਂ ਦੀਆਂ ਦੁੱਖਾਂ ਨਾਲ ਜੂਝਦੇ ਜੂਝਦੇ ਬਸ ਜੀ ਉਹ ਵੀ ਆਪਦਾ ਹੈ ਨਾ 92-93 'ਚ ਆਪਦਾ ਪੂਰੇ ਹੋ ਗਏ। ਉਸ ਤੋਂ ਬਾਅਦ 'ਚ ਮਾਂ ਨੇ ਸਾਡੀ ਨੇ ਉੱਕਣੀ ਜਾਣਦੀ ਆ ਸਾਡੇ ਮਾਮਾ ਜੀ ਦੀ ਜਾਣਦੀ ਕੁਰਬਾਨੀ ਨੂੰ ਕਹਿੰਦੀ ਮੈਂ ਭੁੱਲਣ ਨਹੀਂ ਦੇਣਾ ਹੈਗਾ, ਵੀ ਜਿੰਨਾ ਚਿਰ ਬੈਠੀ ਹਾਂ ਮੈਂ ਵੀ ਮੈਂ ਮਨਾਊਂ, ਚਾਹੇ ਮੇਰਾ ਮੇਰੇ ਨੂੰ ਸਾਥ ਹੈ ਕਿਸੇ ਦਾ ਚਾਹੇ ਨਹੀਂ, ਅਤੇ ਉਹ ਆਪਦਾ ਮਿਹਨਤ ਕਰਦੇ ਹਾਂ ਜਿਵੇਂ ਆਮ ਪਰਿਵਾਰਾਂ 'ਚ ਹੁੰਦਾ ਨਾ, ਅਸੀਂ ਉੱਕਣੀ ਜਿੰਨਾ ਕੁ ਹੋ ਸਕਦਾ ਅਸੀਂ ਉਹਨਾਂ ਦੇ ਨਾਂ 'ਤੇ ਉਹੀ ਦੇਣੀ 21 ਅਗਸਤ ਵਾਲੇ ਦਿਨ, ਜਿਵੇਂ ਹੋ ਸਕਦਾ ਕਦੇ ਖੰਡ ਪਾਠ ਦੇ ਰੂਪ 'ਚ ਕਦੇ ਸਹਿਜ ਪਾਠ ਦੇ ਰੂਪ 'ਚ,
ਤੇ ਹੁਣ ਘਰ ਦੇ ਹਾਲਾਤ ਇੰਨੇ ਹੈ ਨਹੀਂ ਗੇ ਵੀ ਇੰਨਾ ਖਰਚਾ ਕਰ ਸਕੀਏ ਤੇ ਬਈ ਸੁਖਨੀ ਸਾਹਿਬ ਦਾ ਪਾਠ ਕਰਕੇ ਉਹਨਾਂ ਦੇ ਨਾਂ ਤੇ ਛੋਟਾ ਮੋਟਾ ਹਾਂਜੀ ਲੰਗਰ ਕਰਾ ਦੇਈਦਾ। ਇੰਨੇ ਵੱਡੇ ਕੌਮੀ ਸ਼ਹੀਦ ਨੇ ਉਹ, ਇੰਨੀ ਵੱਡੀ ਉਹਨਾਂ ਦੀ ਸ਼ਹਾਦਤ ਦੀ ਦਾਸਤਾਨ ਹੈ, ਪਰ ਕਦੇ ਕਿਸੇ ਕੌਮ ਦੇ ਵੱਡੇ ਜਥੇਦਾਰ ਨੇ ਜਾਂ ਕੌਮ ਦੀ ਸਿਰਮੌਰ ਸੰਸਥਾ ਨੇ ਉਹਨਾਂ ਦੀ ਬਰਸੀ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਕਦੇ ਤੁਹਾਡੇ ਤੱਕ ਅਪਰੋਚ ਨਹੀਂ ਕੀਤੀ? ਨਹੀਂ, ਇਹੋ ਜਿਹਾ ਤਾਂ ਜੀ ਕੁਛ ਨਹੀਂ ਹੋਇਆ। ਸਾਡੀ ਜਾਣ ਦੀ ਸੁਰਤ ਸੁੰਭਣ ਦੀ, ਸਾਡੀ ਸੁਰਤ ਤੋਂ ਅੱਗੋਂ ਮਾੜੇ ਮੋਟੇ ਜਾਣ ਦੀ, ਉਸ ਟਾਈਮ ਦੀਆਂ ਸਰਕਾਰਾਂ ਜਿਹੜੀਆਂ ਸੀਗੀਆਂ ਜਿਨ੍ਹਾਂ ਨੇ ਰੋਟੀਆਂ ਸੇਕਣੀਆਂ ਸੀ ਉਹ ਆਉਂਦੇ ਰਹੇ ਨੇ, ਤੇ ਉਦੋਂ ਬਾਅਦ 'ਚ ਤਾਂ ਜਿੰਨਾ ਕੁ ਸਾਤੋਂ ਅਸੀਂ ਆਪ ਹੋ ਸਕਦਾ ਸੀ ਸਾਡੇ ਪਰਿਵਾਰਾਂ ਤੋਂ, ਅਸੀਂ ਉਨ੍ਹਾਂ ਕੁ ਜਾਣ ਦੀ ਮੂਹਰਲੇ ਸਾਡੀ ਨਾਨੀ ਤੋਂ ਜਾਂ ਸਾਡੇ ਡੈਡੀ ਤੋਂ ਮੰਨ ਲਓ ਮੰਮੀ ਤੋਂ ਉਨ੍ਹਾਂ ਕੋ ਕਰਦੇ ਆਏ ਨੇ, ਤੇ ਸਾਨੂੰ ਕਿਸੇ ਦੀ ਸਪੋਰਟ ਸਪਾਟ ਨਾ ਅਸੀਂ ਕਿਸੇ ਮੰਗੀ ਹੋਈ ਆ ਨਾ ਸਾਨੂੰ ਐਡੀ ਉਹ ਹੋਈ ਨੇ, ਹੈ ਨਾ ਬਈ ਕਿਸੇ ਦੀ ਕੋਈ ਸਪੋਰਟ ਨਹੀਂ ਹੈਗੀ। ਸਪੋਰਟ ਦੀ ਸਾਨੂੰ ਲੋੜ ਨਹੀਂ ਹੈਗੀ, ਸਪੋਰਟ ਦੀ ਲੋੜ ਆ ਜਿਹੜੀ ਇਹਨੇ ਕੁਰਬਾਨੀ ਕੀਤੀ ਆ ਉਹਨੂੰ, ਇਹ ਆਪਦੀ ਜਿਵੇਂ ਕਹੋ ਵੀ ਆਪਣੀ ਕੌਮ ਨੂੰ ਇਹੋ ਜਿਹੇ ਸ਼ਹੀਦਾਂ ਦੀ ਕੁਰਬਾਨੀਆਂ ਨੂੰ ਸਪੋਰਟ ਕਰਨਾ ਚਾਹੀਦਾ ਨਾ, ਵੀ ਇਹ ਤਾਂ ਜਮਾਂ ਹੀ ਦੱਬ ਚੁੱਕੇ ਆ ਕਿਉਂਕਿ ਮੁੱਢਲੀਆਂ ਕੁਰਬਾਨੀਆਂ 'ਚੋਂ ਪਹਿਲੀਆਂ 'ਚੋਂ ਇਹ ਆਉਂਦੇ ਆ, ਹੈ ਨਾ, ਇਹ ਤਾਂ ਹੁਣ ਅਲੋਪ ਹੀ ਹੋ ਚੁੱਕੇ ਨੇ, ਇਹ ਤਾਂ ਅਸੀਂ ਆਪਦੇ ਜਾਣ ਦੀ ਪੱਧਰ 'ਤੇ ਕਰੀ ਜਾਂਦੇ ਹਾਂ ਵੀ ਆਪਦਾ ਜਿਹੜੀ ਸਾਡੀ ਜਾਣ ਦੀ ਹੈਗੀ ਆ ਹਿੰਮਤ ਜਿੰਨੀ ਕੁ ਅਸੀਂ ਆਪਦਾ ਉਹਦੀ ਯਾਦ ਨੂੰ ਮਨਾਉਣ ਦੀ ਖਾਤਰ ਮਾਮਾ ਜੀ ਦੀ ਅਸੀਂ ਕਰੀ ਜਾਂਦੇ ਹਾਂ, ਸਪੋਰਟ ਨਾ ਅਸੀਂ ਲੋੜੀ ਹੋਈ ਆ ਕਿਸੇ ਦੀ ਨਾ ਕਿਸੇ ਕਹੋ ਵੀ, ਹੈ ਨਾ ਵੀ ਜ਼ਰੂਰਤ ਹੀ ਨਹੀਂ, ਹੈ ਨਾ ਵੀ ਆਪਦੇ ਪੱਧਰ 'ਤੇ ਕਰੀ ਜਾਂਦੇ ਹਾਂ। ਤੁਹਾਨੂੰ ਪਤਾ ਵੀ ਡਰਦੇ ਹਾਂ, ਹੈਂ ਡਰਦੇ ਹਾਂ, ਹਾਲਾਤਾਂ ਤੋਂ ਡਰਦੇ ਹਾਂ ਵੀ ਮੂਹਰੇ ਪਹਿਲਾਂ ਵੀ ਹੁਣ ਕਿੰਨਾ ਕੁਛ ਹੁੰਦਾ ਰਿਹਾ, ਹੈ ਨਾ ਕਿਸੇ ਤੋਂ ਲੁਕੋਇਆ ਨਹੀਂ ਹੋਇਆ ਹੈਗਾ, ਹੈ ਨਾ ਇਹ ਹਾਲਾਤਾਂ ਤੋਂ ਬਈ ਅਸੀਂ ਤਾਂ ਆਪਦੇ ਪੱਧਰ 'ਤੇ ਜਿੰਨਾ ਕੁ ਹੁੰਦਾ ਨਾ ਕਰੀ ਜਾਂਦੇ ਹਾਂ ਵੀ ਬਸ ਸਪੋਰਟ ਵਾਲੀ ਤਾਂ ਤੁਹਾਨੂੰ ਹੁਣ ਪਤਾ ਹੀ ਆ, ਇਹੋ ਜਿਹਾ ਕੁਛ ਨਹੀਂ ਹੈਗਾ ਵੀ ਸਾਨੂੰ ਕੋਈ ਸਪੋਰਟ ਦਿੰਦਾ ਅਸੀਂ ਤਾਂ ਕਰਦੇ ਹਾਂ ਨਾ, ਅਸੀਂ ਆਪਦੇ ਪੱਧਰ 'ਤੇ ਕਰੀ ਜਾਂਦੇ ਹਾਂ। ਅੱਜ ਤੁਸੀਂ ਆਏ ਹੋ ਤੁਹਾਨੂੰ ਪਤਾ ਲੱਗਿਆ, ਹੈ ਨਾ ਬਈ ਸਾਨੂੰ ਤਾਂ ਪਤਾ ਵੀ ਨਹੀਂ ਸੀਗਾ ਵੀ ਕਿਵੇਂ ਤੁਸੀਂ ਆਏ ਹੋ, ਤੁਹਾਨੂੰ ਕਿਹਨੇ ਭੇਜਿਆ, ਹੈ ਨਾ। ਹਾਂਜੀ, ਕਦੇ ਹੁਣ ਦੇ ਸਮੇਂ ਦੇ ਵਿੱਚ ਕਦੇ ਪੁਲਿਸ ਤੁਹਾਨੂੰ ਜਾਂ ਕੋਈ ਹੋਰ ਸਰਕਾਰੀ ਅਧਿਕਾਰੀ ਜੋ ਤੁਹਾਨੂੰ ਪਰੇਸ਼ਾਨ ਕਰਦਾ ਹੋਵੇ? ਕਿਉਂਕਿ ਮੈਂ ਇੱਕ ਸੁਣਿਆ ਸੀ ਕਿ ਤੁਹਾਨੂੰ ਫੋਟੋ ਵੀ ਨਹੀਂ ਲਗਾਉਣ ਦਿੱਤੀ ਗਈ ਸੀ ਭਾਈ ਗੁਰਮੀਤ ਸਿੰਘ ਦੀ। ਹਾਂਜੀ, ਉਹਨਾਂ ਦੀ ਯਾਦ 'ਚ ਪਹਿਲੇ ਸਮਿਆਂ ਦਾ ਹੀ ਜਾਣ ਦੀ ਗੇਟ ਬਣਵਾਇਆ ਹੋਇਆ ਸੀਗਾ, ਉਹ ਤਾਂ ਕੁਛ ਵੀਰ ਸੀਗੇ ਜਿਹੜੇ ਕਹਿੰਦੇ ਸੀ ਵੀ ਚੱਲ ਉਹਦੀ ਯਾਦ 'ਚ ਆ ਵੀ ਚੱਲ ਆਪਾਂ ਛੋਟੀ ਜਿਹੀ ਇੱਕ ਫੋਟੋ ਲਾ ਦਿੰਦੇ ਹਾਂ। ਉਹ ਫੋਟੋ ਲਾਉਣ ਦੌਰਾਨ ਬਸ ਕਹੋ ਵੀ ਪਾਰਟੀ ਵਾਜੀ ਜਾਂ ਕੁਛ ਇਹੋ ਜਿਹਾ ਚੱਕਰ ਬਣਿਆ, ਅਸੀਂ ਘਰੇ ਨਹੀਂ ਸੀਗੇ ਵੀ ਬਿਮਾਰ ਸੀ, ਭੈਣ ਮੇਰੀ ਦਾਖਲ ਸੀਗੀ ਨਾ ਤਾਂ ਮੇਰਾ ਜੀਜਾ ਦਾਖਲ ਸੀਗਾ, ਅਸੀਂ ਤਾਂ ਸਾਰੇ ਉੱਥੇ ਸੀ। ਬਾਅਦ 'ਚੋਂ ਜਿਹੜੇ ਲਾਉਂਦੇ ਸੀ ਉਹਨਾਂ ਨੂੰ ਆ ਕੇ ਉਹਨਾਂ ਨੇ ਤੰਗ ਪਰੇਸ਼ਾਨ ਕੀਤਾ ਅਤੇ ਪੁਲਿਸ ਲੈ ਗਈ ਸੀ ਉਹਨਾਂ ਨੂੰ ਅਤੇ ਉਹਨਾਂ ਨੂੰ ਫਿਰ ਛਡਾ ਕੇ ਲਿਆਂਦਾ ਬਈ ਕਹਿੰਦੇ ਡਿੱਕੇ 'ਚ ਖੜ੍ਹੇ ਹੋ ਜਾਂ ਇਹ ਇਹੀਆਂ ਜਿਹੀਆਂ ਗੱਲਾਂ ਕਰਦੇ ਸੀ ਜਾਣੀ ਦੀ, ਅਸੀਂ ਉਸ ਟਾਈਮ ਹਾਜ਼ਰ ਨਹੀਂ ਸੀਗੇ ਉੱਥੇ ਵੀ ਜਿਹੜੇ ਵੀਰ ਲਾਉਂਦੇ ਸੀਗੇ ਫੋਟੋ ਉਹਨਾਂ ਨੂੰ ਉਹਨਾਂ ਨੇ ਤੰਗ ਪਰੇਸ਼ਾਨ ਕੀਤਾ। ਅੰਤਿਮ ਸੰਸਕਾਰ ਦੀ ਇੱਕ ਤਸਵੀਰ ਸਾਹਮਣੇ ਆਉਂਦੀ ਹੈ ਜਿਸਦੇ ਵਿੱਚ ਬਹੁਤ ਵੱਡਾ ਇਕੱਠ ਵੇਖਣ ਨੂੰ ਮਿਲਦਾ ਹੈ। ਇਹਨਾਂ ਦੀ ਸ਼ਹਾਦਤ ਜਾਣਨਾ ਚਾਹਾਂਗੇ ਉਸੇ ਦਿਨ ਹੁੰਦੀ ਹੈ ਜਿਸ ਦਿਨ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ? ਇਹਨਾਂ ਤਾਂ ਜੀ ਆਪਾਂ ਹੁਣ ਪੱਕਾ ਕਹਿ ਨਹੀਂ ਸਕਦੇ, ਉਹ ਤਾਂ ਹੁਣ ਰਿਕਾਰਡ ਜਿਹੜਾ ਬਣਿਆ ਹੋਇਆ ਹੈ ਨਾ ਵੀ ਉਹਦੇ 'ਚ ਹੋਊਗਾ, ਜਾਣ ਦੀ ਮਿਲਿਆ ਦੂਜੇ ਖੰਤੀਜੇ ਦਿਨ ਵੀ ਲੈ ਕੇ ਆਏ ਸੀਗੇ ਮਾਮਾ ਜੀ ਦੇਹ ਨੂੰ ਤੇ ਉਸ ਪਿੰਡ ਦੇ ਵਿੱਚ। ਹਾਂਜੀ ਹਾਂਜੀ, ਇਸੇ ਪਿੰਡ 'ਚ ਹੋਇਆ ਸੀਗਾ ਅਤੇ ਸੰਸਕਾਰ, ਅਸੀਂ ਜਦੋਂ ਛੋਟੇ ਸੀਗੇ ਅਤੇ ਇੰਨੀ ਥੋੜ੍ਹੀ ਥੋੜ੍ਹੀ ਸੁਰਤ ਆ ਮਾਮਾ ਜੀ ਦੀ, ਜਿਵੇਂ ਮਾੜੀਆਂ ਮੋਟੀਆਂ ਯਾਦਾਂ ਹੁੰਦੀਆਂ ਨੇ ਮਾਮੇ ਨਾਲ ਆਪਦੇ ਭਾਣ ਜੀ ਦੇ, ਉਹ ਜਿਹੀਆਂ ਛੋਟੀਆਂ ਛੋਟੀਆਂ ਯਾਦਾਂ
ਕੋਈ ਘੂਰਨ ਦੀ, ਕੋਈ ਹੱਸਣ ਖੇਡਣ ਦੀ, ਜਾਂ ਕੋਈ ਮੰਨ ਲਓ ਵੀ ਕਿਸੇ ਦੁਕਾਨ 'ਤੇ ਲੈ ਕੇ ਜਾਂਦੇ ਨੇ ਮੋਢਿਆਂ 'ਤੇ ਬਿਠਾ ਕੇ, ਇੰਨੀਆਂ ਜਿਹੀਆਂ ਛੋਟੀਆਂ ਛੋਟੀਆਂ ਯਾਦਾਂ ਨੇ ਕਿਉਂਕਿ ਇੰਨੀ ਸੁਰਤ ਸੰਭਲੀ ਨਹੀਂ ਸੀਗੀ ਸਾਡੀ, ਛੋਟੇ ਸੀਗੇ ਅਸੀਂ। ਬਿਲਕੁਲ ਉਸੇ ਤਰ੍ਹਾਂ ਤੁਹਾਨੂੰ ਲਾਡ ਲੜਾਉਂਦੇ ਹੁੰਦੇ ਸੀ ਜਿਵੇਂ ਆਪਣਾ ਇੱਕ ਮਾਮਾ ਆਪਣੇ ਭਾਣਜੇ ਭਾਣਜੀਆਂ ਨੂੰ ਲਾਡ ਲੜਾਉਂਦਾ ਜੀ, ਲਾਡ ਲੜਾਉਂਦੇ ਸੀਗੇ, ਜਿਵੇਂ ਆਪਦਾ ਭੈਣ ਆਪਦੇ ਭਾਈਆਂ ਭੈਣਾਂ ਭਾਈਆਂ ਨੂੰ ਇੱਕ ਦੂਜੇ ਨੂੰ ਲੈ ਕੇ ਆਉਂਦਾ, ਜਾਂ ਉਹਨਾਂ ਮੰਮੀ ਦਾ ਸਾਡੀ ਦਾ ਬਹੁਤ ਪਿਆਰ ਕਰਦੇ ਸੀ, ਬਹੁਤ ਮੋਹ ਸੀ ਦੋਹਾਂ ਭੈਣ ਭਾਈਆਂ 'ਚ ਆਪਸ ਵਿੱਚ, ਜਿਹਦੇ ਕਰਕੇ ਪਹਿਲਾਂ ਮਾਂ ਨੇ ਜਿੰਦਾ ਲਾਇਆ ਆਪਦੇ ਘਰ ਨੂੰ, ਹੁਣ ਮੇਰੀ ਭੈਣ ਬਿਠਾਈ ਆ ਅਸੀਂ ਵੀ ਨਾ ਵੀ ਉਹਦੀ ਯਾਦ 'ਚ ਵੀ ਗੇਟ ਖੁੱਲ੍ਹਣਾ ਚਾਹੀਦਾ, ਵੀ ਉਹਦੀ ਕੁਰਬਾਨੀ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਵੀ ਉਹਦੀ ਜਿੰਨਾ ਕੁ ਚਿਰ ਜਾਂਦੀ ਸਾਡੇ ਹੁਣ ਜਾਂ ਅੱਜ ਪਹਿਲਾਂ ਸਾਡੀ ਮਾਂ 'ਚ ਸੀਗੀ ਜਾਨ, ਜਿੰਨਾ ਕੁ ਚਿਰ ਸਾਡੇ ਵਿੱਚ ਜਾਨ ਆ ਉੱਨੀ ਕੁ ਉਹਦੀ ਯਾਦ ਨੂੰ ਅਸੀਂ ਮਨਾਉਂਦੇ ਰਹਾਂਗੇ ਜਾਂਦੀ। ਤੁਹਾਡੀ ਮਦਰ ਯਾਨੀ ਕਿ ਭਾਈ ਗੁਰਮੀਤ ਸਿੰਘ ਦੇ ਜਿਹੜੇ ਭੈਣ ਨੇ ਉਹਨਾਂ ਦੀ ਡੈਥ ਕਦੋਂ ਹੁੰਦੀ ਹੈ? ਉਹਨਾਂ ਨੂੰ 3 ਸਾਲ ਹੋ ਜਾਣੇ, 3 ਸਾਲ ਹੋ ਗਏ। ਹਾਂਜੀ ਹਾਂਜੀ, ਇਸ ਤੋਂ ਪਹਿਲਾਂ ਉਹੀ ਬਰਸੀ ਮਨਾਉਂਦੇ? ਉਹੀ ਕਰਦੇ ਸੀਗੇ ਸਾਰਾ ਕੁਛ, ਕਦੇ ਕਿਸੇ ਤੋਂ ਪੈਸੇ ਫੜ ਕੇ ਕਰਨੇ, ਕਦੇ ਕਿਵੇਂ ਜਾਣੀ ਦੀ ਆਪਦਾ ਇੰਨਾ ਹੈ ਨਹੀਂ ਸੀਗਾ ਵੀ ਇੰਨਾ ਕਰ ਸਕਣ, ਖੰਡ ਪਾਠ ਕਰਾਉਂਦੇ ਰਹੇ ਹੌਲੀ ਹੌਲੀ ਦਵਾਈਆਂ ਦੇ, ਉਹਨਾਂ ਦੀ ਬਿਮਾਰ ਰਹਿੰਦੇ ਸੀਗੇ ਖਰਚੇ 'ਚ, ਆਪਦੇ ਹਾਲਾਤ ਇੰਨੇ ਮਾੜੇ ਹੋ ਗਏ, ਉਹ ਸੁਖਨੀ ਸਾਹਿਬ ਦਾ ਪਾਠ ਕਰਾ ਕੇ ਜਿੰਨਾ ਕੁ ਉਹਨਾਂ ਤੋਂ ਦਾਨ ਪੁੰਨ ਹੁੰਦਾ ਸੀ ਉਹ ਕਰਦੇ ਸੀਗੇ, ਉਹੀ ਹੁਣ ਅਸੀਂ ਕਰਦੇ ਹਾਂ ਜਿੱਦਣ ਦੇ ਉਹ ਗਏ ਨੇ ਵੀ ਅਸੀਂ ਸੁਖਨੀ ਸਾਹਿਬ ਦਾ ਪਾਠ ਕਰਾਉਂਦੇ ਹਾਂ, ਉਹਨਾਂ ਦੀ ਯਾਦ 'ਚ ਸੰਗਤ ਸੱਦਦੇ ਹਾਂ ਜਿੰਨੀ ਹੁੰਦੀ ਆ, ਪਿੰਡ ਦੇ ਆਉਂਦੇ ਨੇ ਜਿੰਨੇ ਕੁ ਲੋਕ ਵੀ ਆਪਦਾ ਦਾਨ ਕਰੀਦਾ ਉਹਨਾਂ ਦੇ ਨਾਂ 'ਤੇ, ਲੰਗਰ ਪ੍ਰਸ਼ਾਦਾ ਬਣਾ ਦੇਈਦਾ ਥੋੜ੍ਹਾ ਬਹੁਤ। ਹਾਂਜੀ, ਕਿਸੇ ਅਜਾਇਬ ਘਰ ਦੇ ਵਿੱਚ ਕੀ ਸ਼ਹੀਦ ਭਾਈ ਗੁਰਮੀਤ ਸਿੰਘ ਦੀ ਤਸਵੀਰ ਲੱਗੀ ਹੋਈ ਹੈ, ਖਾਸ ਤੌਰ 'ਤੇ ਜੇ ਆਪਾਂ ਕੇਂਦਰੀ ਸਿੱਖ ਅਜਾਇਬ ਘਰ ਦੀ ਗੱਲ ਕਰੀਏ ਅੰਮ੍ਰਿਤਸਰ ਦੀ? ਹਾਂਜੀ, ਉੱਥੇ ਕਹਿੰਦੇ ਆ ਵੀ ਹੁਣ ਤਾਂ ਅਸੀਂ ਗਏ ਸੀ ਜਦ ਤਾਂ ਅਸੀਂ ਦੇਖੀ ਨਹੀਂ ਹੈਗੀ, ਲਾਹੀ ਹੋਈ ਸੀਗੀ ਵੀ ਪਹਿਲਾਂ ਵੀ ਲੱਗੀ ਹੋਈ ਸੀ ਵੀ ਅਤੇ ਹੁਣ ਵੀ ਕਹਿੰਦੇ ਆ ਵੀ ਹਾਂਜੀ ਵੀ ਲੱਗੀ ਹੋਈ ਆ ਉੱਥੇ, ਤਸਵੀਰ ਲਵਾਈ ਹੋਈ ਆ ਉੱਥੇ। ਹਾਂਜੀ, ਕਦੇ ਪਰਿਵਾਰ ਨੂੰ ਯਾਦ ਕੀਤਾ ਜਾਂਦਾ ਉਹਨਾਂ ਦੀ ਸ਼ਹਾਦਤ 'ਤੇ, ਕਦੇ ਬੁਲਾਇਆ ਜਾਂਦਾ ਉੱਥੇ? ਨਾ ਜੀ, ਜਮ੍ਹਾਂ ਵੀ ਨਹੀਂ, ਕਦੇ ਵੀ ਨਹੀਂ। ਨਹੀਂ ਜੀ, ਨਹੀਂ ਨਹੀਂ ਨਹੀਂ, ਕਿਸੇ ਨੂੰ ਜਿੰਨਾ ਚਿਰ ਨਾਨੀ ਸੀਗੀ ਉਨਾ ਚਿਰ ਬੁਲਾਉਂਦੇ ਰਹੇ, ਜਿੰਨਾ ਚਿਰ ਉਹਦਾ ਸਰੀਰ ਜਾਣ ਦੀ ਕਹੋ ਵੀ ਚੱਲਦੀ ਸੀਗੀ, ਜਦ ਤੋਂ ਬਿਰਧ ਹੋ ਗਏ ਮੰਜੇ 'ਤੇ ਬਹਿ ਗਏ, ਉਦੋਂ ਬਾਅਦ 'ਚ ਉਹਨਾਂ ਨੂੰ ਆ ਕੇ ਕਿਸੇ ਨੇ ਨਹੀਂ ਪੁੱਛਿਆ ਸੀਗਾ, ਨਾ ਨਾਨੀ ਨੂੰ ਨਾ ਫਿਰ ਸਾਡੀ ਮਾਂ ਕੋਲ ਤਾਂ ਪਹੁੰਚਣੇ ਕਿਹਨੇ ਸੀਗਾ, ਨਾਨੀ ਤੱਕ ਹੀ ਸੀ ਵੀ ਉਹਦੀ ਮਾਂ ਤੱਕ ਮਾਤਾ ਤੱਕ ਤਾਂ ਹੁੰਦਾ ਹੀ ਆ ਬਈ, ਨਾ ਪਹਿਲਾਂ ਪਹਿਲਾਂ ਜਿੰਨਾ ਚਿਰ ਨਾਨੀ ਠੀਕ ਰਹੀ ਆ ਆਪ ਤੁਰਦੀ ਫਿਰਦੀ ਰਹੀ ਆ ਚਲੀ ਜਾਂਦੀ ਸੀ ਉਹਨਾਂ ਚਿਰ ਤਾਂ ਚੱਲਦਾ ਸੀ, ਉਦੋਂ ਬਾਅਦ 'ਚ ਨਾਨੀ ਨੂੰ ਵੀ ਨਹੀਂ ਸਾਡੀ ਨੂੰ ਕਿਸੇ ਨੇ, ਨਾ ਕੋਈ ਸੰਸਕਾਰ 'ਤੇ ਆਇਆ, ਨਾ ਕੋਈ ਭੋਗ 'ਤੇ ਆਇਆ ਕਦੇ, ਨਾ ਕੋਈ ਮਗਰ ਅਫਸੋਸ, ਕੁਛ ਵੀ ਨਹੀਂ। ਸ਼ਹੀਦ ਭਾਈ ਗੁਰਮੀਤ ਸਿੰਘ ਜਿਵੇਂ ਤੁਹਾਡੇ ਮਾਤਾ ਜੀ ਇਹਨਾਂ ਦੇ ਭੈਣ ਸੀ, ਕੀ ਕੋਈ ਹੋਰ ਵੀ ਭੈਣ ਭਰਾ ਹੈਗੇ ਸੀ ਇਹਨਾਂ ਦੇ? ਹਾਂਜੀ, ਇਹ 3 ਭੈਣ ਭਰਾ ਸੀਗੇ, ਵੱਡਾ ਜਗਰੂਪ ਸਿੰਘ ਉਹ ਪਹਿਲਾਂ ਪੂਰੇ ਹੋ ਗਏ ਸੀਗੇ ਰੇਲ ਐਕਸੀਡੈਂਟ 'ਚ, ਅਤੇ ਮਾਮਾ ਜੀ ਦਾ ਤਾਂ ਤੁਹਾਨੂੰ ਪਤਾ ਹੀ ਆ। ਠੀਕ ਹੈ, ਜਿਸ ਜਗ੍ਹਾ 'ਤੇ ਅਸੀਂ ਬੈਠੇ ਹਾਂ ਕੀ ਇਹ ਉਹਨਾਂ ਦਾ ਜੱਦੀ ਘਰ ਹੈ? ਹਾਂਜੀ, ਇੱਥੇ ਹੀ ਜਾਣਦੀ, ਇਹ ਡੰਗਰ ਪਸ਼ੂਆਂ ਵਾਲਾ ਸੀਗਾ ਉਹਨਾਂ ਦਾ, ਜੱਦੀ ਸੜਕ ਦੇ ਦੂਏ ਪਾਸੇ ਆ। ਹਾਂਜੀ, ਇਹ ਡੰਗਰਾਂ ਵਾਲਾ ਸੀ ਜਿਵੇਂ ਕਹੋ ਵੀ ਸਾਡਾ ਭਰਾ ਉਹਦੇ 'ਚ, ਅਤੇ ਇਹਦੇ 'ਚ ਹੁਣ ਮੰਮੀ ਡੈਡੀ ਆ ਗਏ ਸੀਗੇ, ਅਸੀਂ ਹੁਣ ਬੈਠੇ ਹਾਂ ਜਾਣਦੀ। ਹਾਂਜੀ, ਭਾਈ ਸਤਨਾਮ ਸਿੰਘ ਜੀ, ਜਿਵੇਂ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ, ਭਾਈ ਗੁਰਮੀਤ ਸਿੰਘ ਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ, ਇੱਦਾਂ ਦੇ ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਦੀ ਕਹਿੰਦੇ ਨੇ ਕਿ ਕੌਮ ਤੋਂ ਨਾਰਾਜ਼ ਵੀ ਨੇ ਉਹ, ਕਿ ਜਿਨ੍ਹਾਂ ਦੀ ਬਾਂਹ ਨਹੀਂ ਫੜੀ ਗਈ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਤੇ ਮੈਂ ਚਾਹੁੰਦਾ ਵੀ ਜਿਹੜੇ ਉਸ ਸਮੇਂ ਦੇ ਵਿੱਚ ਸੰਘਰਸ਼ ਲੜਿਆ, ਕਿਉਂਕਿ ਇਹ ਸੰਘਰਸ਼ ਕੋਈ ਉਹਨਾਂ ਦਾ ਨਿੱਜੀ ਨਹੀਂ ਸੀਗਾ, ਆਪਦੇ ਪਰਿਵਾਰ ਖਾਤਰ ਨਹੀਂ ਕਿਸੇ ਸੰਘਰਸ਼ ਦੇ ਵਿੱਚ ਗਏ ਉਹ, ਨਾ ਉਹਨਾਂ ਨੂੰ ਆਪਣੀ ਨਿੱਜੀ ਕੋਈ ਲੋੜ ਸੀ, ਉਹ ਸਿਰਫ ਇਹ ਸੀ ਵੀ ਸਾਡਾ ਕੌਮ ਦਾ ਮਸਲਾ ਸੀਗਾ, ਉਹ ਧਰਮ ਦੇ ਧਰਮ ਯੁੱਧ ਮੋਰਚਾ ਵੀ ਲੱਗਿਆ ਜਾਂ ਹੋਰ ਵੀ ਜਿੰਨੇ ਵੀ ਮੂਵਮੈਂਟਾਂ ਚੱਲੀਆਂ ਨੇ ਸਿੱਖ ਸੰਘਰਸ਼ ਦੇ ਵਿੱਚ, ਉਹ ਨਿੱਜੀ ਸੋਚ 'ਤੇ ਆਧਾਰਿਤ ਨਹੀਂ ਸੀਗੀਆਂ,
ਉਹ ਕੁਛ ਮਤਲਬ ਆਪਣੇ ਪ੍ਰਭੂ ਸੱਤਾ ਸੀਗੀ, ਮਤਲਬ ਜੀ ਉਹਨਾਂ ਦੀ ਸੋਚ ਸੀਗੀ ਉਸ ਸਮੇਂ ਵੀ ਸਾਡਾ ਅਲੱਗ ਦੇਸ਼ ਹੋਣਾ ਚਾਹੀਦਾ, ਸਾਨੂੰ ਅੰਗਰੇਜ਼ ਦੇਣਾ ਚਾਹੁੰਦੇ ਸੀ, ਪਰ ਸਮੇਂ ਦੀ ਸਿਆਸਤ ਦੇ ਨਾਲ ਉਹ ਨਹੀਂ ਗੱਲ ਬਣ ਸਕੀ ਤੇ ਉਹ ਹਥਿਆਰਬੰਦ ਸੰਘਰਸ਼ ਲੜੇ ਉਸ ਸਮੇਂ ਇਹਦੀ ਖਾਤਰ। ਤੇ ਇਸ ਕਰਕੇ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ, ਸ਼੍ਰੋਮਣੀ ਕਮੇਟੀ ਆ ਜਾਂ ਦਮਦਮੀ ਟਕਸਾਲ ਆ ਜਾਂ ਹੋਰ ਕੋਈ ਵੀ ਧਾਰਮਿਕ ਜਮਾਤਾਂ ਨੇ, ਜਥੇਬੰਦੀਆਂ ਨੇ, ਤੇ ਉਹਨਾਂ ਨੂੰ ਉਹ ਪਰਿਵਾਰਾਂ ਦੇ ਨਾਲ ਸੰਪਰਕ ਰੱਖਣਾ ਚਾਹੀਦਾ, ਉਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਆ। ਜਿਹੜੇ ਪਰਿਵਾਰ ਲੋੜਵੰਦ ਨੇ ਉਹਨਾਂ ਨੂੰ ਮਾਇਕ ਤੌਰ 'ਤੇ ਵੀ ਸਪੋਰਟ ਕਰਨੀ ਚਾਹੀਦੀ ਆ ਉਹਨਾਂ ਨੂੰ, ਤੇ ਉਹਨਾਂ ਦੇ ਬੱਚੇ ਆ ਜਿਹੜੇ ਅੱਗੇ ਉਹਨਾਂ ਨੂੰ ਪੜ੍ਹਾਉਣਾ ਲਿਖਾਉਣਾ ਚਾਹੀਦਾ ਉਹਨਾਂ ਨੂੰ ਵਧੀਆ, ਤੇ ਹਰੇਕ ਤਰ੍ਹਾਂ ਦੀ ਸਪੋਰਟ ਉਹਨਾਂ ਦੀ ਕਰਨੀ ਚਾਹੀਦੀ ਆ ਪਰਿਵਾਰਾਂ ਦੀ, ਜੋ ਫਰਜ਼ ਹੀ ਬਣਦਾ ਸਾਡਾ, ਕਿਉਂਕਿ ਆ ਜਿਹੜੀਆਂ ਕੌਮਾਂ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ ਉਹ ਕੌਮਾਂ ਫਿਰ ਅੱਗੇ ਮਾਣ ਨਹੀਂ ਪਾਉਂਦੀਆਂ, ਖਤਮ ਹੋ ਜਾਂਦੀਆਂ ਨੇ ਕੌਮਾਂ। ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਸ਼ਹੀਦਾਂ ਨੂੰ ਜੋ ਕੌਮਾਂ ਭੁੱਲ ਜਾਂਦੀਆਂ ਨੇ ਅਤੇ ਉਹ ਖਤਮ ਵੀ ਹੋ ਜਾਂਦੀਆਂ ਨੇ, ਅਸੀਂ ਜਦੋਂ ਭਾਈ ਗੁਰਮੀਤ ਸਿੰਘ ਦੇ ਬਾਰੇ ਵਿਕੀਪੀਡੀਆ 'ਤੇ ਦੇਖਦੇ ਹਾਂ ਜਾਂ ਸੋਸ਼ਲ ਮੀਡੀਆ ਦੇ ਕਿਸੇ ਪਲੇਟਫਾਰਮ 'ਤੇ ਦੇਖਦੇ ਹਾਂ, ਕੋਈ ਬਹੁਤ ਜ਼ਿਆਦਾ ਜਾਣਕਾਰੀ ਉਹਨਾਂ ਦੇ ਬਾਰੇ ਨਹੀਂ ਮਿਲਦੀ, ਬਹੁਤ ਕਰੀਬੀ ਜਿਹੜੇ ਲੋਕ ਉਹਨਾਂ ਨੂੰ ਜਾਣਦੇ ਨੇ ਉਹੀ ਉਹਨਾਂ ਦੇ ਬਾਰੇ ਖਾਸ ਦੱਸ ਪਾਉਂਦੇ ਨੇ, ਕਿਸੇ ਵੀ ਲਿਟਰੇਚਰ ਦੇ ਵਿੱਚ ਜਾਂ ਕਿਸੇ ਵੀ ਕਿਤਾਬ ਦੇ ਵਿੱਚ ਉਹਨਾਂ ਦਾ ਕੋਈ ਜ਼ਿਕਰ ਨਹੀਂ ਹੈ, ਕਿ ਇੱਦਾਂ ਦੀ ਕਦੇ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਕਿ ਉਹਨਾਂ ਦਾ ਨਾਮ ਦਰਜ ਕੀਤਾ ਜਾਏ ਇਤਿਹਾਸ ਦੇ ਵਿੱਚ ਜਾਂ ਵਿਕੀਪੀਡੀਆ 'ਤੇ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਉਸਨੂੰ ਦਰਜ ਕੀਤਾ ਜਾਏ। ਇਹ ਸ਼ਾਇਦ ਮੈਂ ਭਾਈ ਹਰਜਿੰਦਰ ਸਿੰਘ ਦਲਗੀਰ ਜੀ ਨੇ ਜਿਹੜੇ ਮਤਲਬ ਉਹਨਾਂ ਨੇ ਇੱਕ ਲੜੀ ਚਲਾਈ ਸੀ ਪਿਛਲੇ ਕੁਝ ਸਮੇਂ 'ਤੇ ਸੋਸ਼ਲ ਮੀਡੀਆ 'ਤੇ, ਉਹ ਮਤਲਬ ਡੇ ਬਾਈ ਡੇ ਮਤਲਬ ਸਿੰਘਾਂ ਦੇ ਸ਼ਹੀਦੀਆਂ ਦਾ ਜ਼ਿਕਰ ਕਰਦੇ ਸੀਗੇ ਉਹ। ਉਹਨਾਂ ਨੇ ਸ਼ਾਇਦ ਇੱਕ ਨਵਾਂ ਮਹਾਨ ਕੋਸ਼ ਲਿਖਿਆ, ਸਿੱਖ ਨਵਾਂ ਮਹਾਨ ਕੋਸ਼ ਲਿਖਿਆ, ਉਹਦੇ ਵਿੱਚ ਮੈਂਸ਼ਨ ਕੀਤਾ ਉਹਨਾਂ ਨੇ 21 ਅਗਸਤ ਬਾਰੇ, ਇਹਨਾਂ ਦੀ ਸ਼ਹੀਦੀ ਬਾਰੇ। ਤੇ ਬਾਕੀ ਸ਼ਹੀਦ ਗੁਰਮੀਤ ਸਿੰਘ ਬਾਰੇ ਇੱਕ ਵੀਡੀਓ ਸੀ ਜੋ ਸਾਲ ਦੋ ਸਾਲ ਪਹਿਲਾਂ ਯੂਟਿਊਬ 'ਤੇ ਚੱਲਦੀ ਸੀ, ਉਹ ਸ਼ਾਇਦ ਦੇਖੀ ਵੀ ਆ, ਤਕਰੀਬਨ ਅੱਧੇ ਘੰਟੇ ਦੀ ਵੀਡੀਓ ਸੀ ਉਹ ਸ਼ਾਇਦ ਮਤਲਬ ਸਰਕਾਰ ਨੇ ਬੈਨ ਕਰਤੀ ਆ ਜਾਂ ਉਹ ਚੈਨਲ ਬੈਨ ਕਰਤਾ ਜਾਂ ਪਤਾ ਨਹੀਂ ਕੀ ਹੋਇਆ, ਮਤਲਬ ਕੋਈ ਬਾਕੀ ਟਕਸਾਲ ਦੇ ਕੋਲ ਤਾਂ ਇਹਨਾਂ ਦਾ ਹੋਣਾ ਹੀ ਚਾਹੀਦਾ, ਰਿਕਾਰਡ ਹੋਣਾ ਚਾਹੀਦਾ, ਤੇ ਉਹਨਾਂ ਨੇ ਕਿਉਂ ਨਹੀਂ ਫੈਲਾਇਆ ਜਾਂ ਸਾਡੇ 'ਚ ਕੋਈ ਮਤਲਬ ਅਸੀਂ ਪਹੁੰਚ ਨਹੀਂ ਸਕੇ ਉੱਥੇ ਜਾਂ ਉਹਨਾਂ ਦੀ ਪਹੁੰਚ ਨਹੀਂ ਬਣੀ, ਇਹਦੇ ਬਾਰੇ ਨਹੀਂ ਕੁਛ ਕਿਹਾ। ਬਾਕੀ ਸ਼੍ਰੋਮਣੀ ਕਮੇਟੀ ਨੂੰ ਜਾਂ ਹੋਰ ਜਿਹੜੀਆਂ ਸਿੱਖ ਜਮਾਤਾਂ ਨੇ ਉਹਨਾਂ ਨੂੰ ਜ਼ਰੂਰ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਵੀ ਜਿੰਨੇ ਵੀ ਸ਼ਹੀਦ ਨੇ ਉਹਨਾਂ ਦੇ ਬਾਰੇ ਲਿਖਤੀ ਤੌਰ 'ਤੇ ਕੋਈ ਕਿਤਾਬਾਂ ਦੇ ਵਿੱਚ ਛਾਪਣਾ ਚਾਹੀਦਾ ਅਤੇ ਉਹਨਾਂ 'ਤੇ ਖਾਸ ਡਾਕੂਮੈਂਟਰੀਆਂ ਬਣਾਉਣੀਆਂ ਚਾਹੀਦੀਆਂ ਨੇ ਤਾਂ ਕਿ ਜਿਹੜੇ ਸਾਡੇ ਬੱਚੇ ਅੱਗੇ ਕੌਮ ਆ ਸਾਡੀ ਉਹਨਾਂ ਨੂੰ ਪਤਾ ਹੋਵੇ ਵੀ ਅਸੀਂ ਕਿੰਨਾ ਦੇ ਵਾਰਸ ਹਾਂ। ਬਿਲਕੁਲ ਠੀਕ ਹੈ ਭਾਈ ਸਤਨਾਮ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ, ਪਰਿਵਾਰ ਦਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਸੋ ਇਹ ਸੀ ਅੱਜ ਦੀ ਖਾਸ ਪੇਸ਼ਕਸ਼ ਜਿਸ ਦੇ ਵਿੱਚ ਅਸੀਂ ਜਾਣਦੇ ਹਾਂ ਸ਼ਹੀਦ ਭਾਈ ਗੁਰਮੀਤ ਸਿੰਘ ਦੇ ਬਾਰੇ, ਕੌਮ ਦੇ ਉਹ ਮਹਾਨ ਸ਼ਹੀਦ ਜਿਨ੍ਹਾਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਉਸ ਵੇਲੇ ਦੀ ਹਕੂਮਤ ਸ਼ਹੀਦ ਕਰਦੀ ਹੈ, ਪਰ ਗਿਲਾ ਸਿਰਫ ਇਸ ਗੱਲ ਦਾ ਹੈ ਕਿ ਉਹਨਾਂ ਨੂੰ ਉਹ ਬਣਦਾ ਮਾਨ ਸਤਿਕਾਰ ਅੱਜ ਤੱਕ ਨਹੀਂ ਮਿਲ ਸਕਿਆ ਜੋ ਉਹਨਾਂ ਨੂੰ ਸ਼ਹੀਦ ਹੋ ਕੇ ਮਿਲਣਾ ਚਾਹੀਦਾ ਸੀ। ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਐਪੀਸੋਡ ਦੇ ਨਾਲ, ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿੰਦਾ ਦਰਿਆ ਸਤਿ ਸ਼੍ਰੀ ਅਕਾਲ।